सितंबर है और आज दे दिन इंडिया दे विच मनाया जांदा है नेशनल इंजीनियर्स डे। इंडिया दे विच नेशनल इंजीनियर्स डे समर्पित है महान इंजीनियर मोक्षा कुंदम विश्वेश्वरिया जी। जी हां, आज दे दिन उना दा जन्मदिन भी हुंदा है। ਤੁਹਾਨੂੰ ਦੱਸ ਦਈਏ ਕਿ ਮੋਕਸ਼ ਗੁੰਦਨ ਵਿਸ਼ਵੇਸ਼ਵਰਿਆ ਜੀ ਜਿਹੜੇ ਨੇ ਉਹਨਾਂ ਨੂੰ ਫਾਦਰ ਆਫ ਮਾਡਰਨ ਮੈਸੂਰ ਵੀ ਕਿਹਾ ਜਾਂਦਾ ਹੈ ਔਰ ਉਹਨਾਂ ਨੇ ਬਹੁਤ ਵੱਡੇ ਵੱਡੇ ਫਲੱਡ ਗੇਟਸ ਜਿਹੜੇ ਨੇ ਉਹਨਾਂ ਦਾ ਨਿਰਮਾਣ ਕੀਤਾ ਔਰ ਉਹਨਾਂ ਨੇ ਇੱਕ ਇੰਜੀਨੀਅਰਿੰਗ ਕਾਲਜ ਦੀ ਸਥਾਪਨਾ ਵੀ ਕੀਤੀ ਔਰ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਜੇਕਰ ਉਹਨਾਂ ਦੇ ਯੋਗਦਾਨ ਦੀ ਗੱਲ ਕਰੀਏ ਤੇ ਸ਼ਾਇਦ ਅਸੀਂ ਉਹ ਚੀਜ਼ਾਂ ਉਹਨਾਂ ਦੀਆਂ ਉਪਲਬਧੀਆਂ ਜਿਹੜੀਆਂ ਨੇ ਉਹਨਾਂ ਨੂੰ ਗਿਣਾ ਵੀ ਨਹੀਂ ਸਕਦੇ। ਤੇ ਬਸ ਫਿਰ ਭਾਰਤ ਦੇ ਵਿੱਚ ਇੰਜੀਨੀਅਰਸ ਡੇ ਜੋ ਹੈ ਜਿੱਥੇ ਮੋਕਸ਼ ਗੁੰਦਮ ਵਿਸ਼ਵੇਸ਼ਵਰਿਆ ਜੀ ਦੀ ਜਨਮ ਸ਼ਤਾਬਦੀ ਨੂੰ ਸੈਲੀਬ੍ਰੇਟ ਕਰਨ ਦਾ ਇੱਕ ਮੌਕਾ ਹੈ, ਉੱਥੇ ਹੀ ਇਹ ਜਿੰਨੇ ਵੀ ਇੰਜੀਨੀਅਰਸ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਉਪਲਬਧੀਆਂ ਔਰ ਇੰਜੀਨੀਅਰਿੰਗ ਦੇ ਖੇਤਰ ਵਿੱਚ ਉਹਨਾਂ ਦੇ ਦਿੱਤੇ ਹੋਏ ਯੋਗਦਾਨ ਨੂੰ ਵੀ ਸਨਮਾਨਿਤ ਕਰਦਾ ਹੈ। ਸੋ ਦੋਸਤੋ, ਆਓ ਇਸ ਇੰਜੀਨੀਅਰਸ ਡੇ ਦੇ ਉੱਪਰ ਸੈਲੂਟ ਕਰੀਏ ਉਹਨਾਂ ਸਾਰੇ ਇੰਜੀਨੀਅਰਸ ਨੂੰ ਜਿਨ੍ਹਾਂ ਦੇ ਸਦਕਾ ਸਾਨੂੰ ਇੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ, ਇੰਨਾ ਸੋਹਣਾ ਆਰਕੀਟੈਕਚਰ, ਜਾਂ ਕਹਿ ਸਕਦੇ ਹਾਂ ਕਿ ਮਾਡਰਨ ਯੁੱਗ ਦਾ ਜੋ ਜ਼ਮਾਨਾ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਹੈ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਲਈ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ, ਪਰ ਤੁਸੀਂ ਬਣੇ ਰਹੋ ਸੇਂਟ ਸੋਲਜਰ ਟਾਈਮਸ ਨਾਲ ਫੇਸਬੁੱਕ ਅਤੇ ਯੂਟਿਊਬ ਉੱਤੇ।